ਅੱਜ ਵੀ ਜਦੋਂ ਵੀ ਕੋਈ ਚੀਜ਼ ਲੈਣ ਜਾਈਦਾ ਜੀ ਬੇਟੇ ਵਾਸਤੇ ਅਤੇ ਨਾਲ ਉਹਨੂੰ ਦਿਲੋਜ ਵਾਸਤੇ ਜ਼ਰੂਰ ਚੀਜ਼ ਲੈ ਕੇ ਆਈਦੀ ਹੈ ਜੀ, ਹਰ ਟਾਈਮ ਸਾਡੇ ਨਾਲ ਹੀ ਹੈ ਜੀ ਉਹ। ਭਾਅ ਜੀ ਇੱਕ ਕੰਧ ਦਾ ਫਰਕ ਆ ਜੀ, ਕੋਈ ਬੰਦਾ ਸੋਚ ਵੀ ਨਹੀਂ ਸਕਦਾ ਜੀ ਵੀ ਇੱਦਾਂ ਕੋਈ ਕਰ ਦੂਗਾ ਜੀ। 30 ਸਾਲ ਦੇ ਸਾਡੇ ਗੁਆਂਢੀ ਸੀਗੇ ਜੀ। ਅਤੇ ਕਹਿੰਦੇ ਜਿਹੜੇ ਗੁਆਂਢੀ ਹੁੰਦੇ ਆਪਸ ਵਿੱਚ ਪਿਆਰ ਬੜਾ ਹੁੰਦਾ, ਅਤੇ ਬੱਚਿਆਂ ਦੇ ਨਾਲ ਤਾਂ ਬੱਚੇ ਦਾ ਰੱਬ ਰੂਪ ਹੁੰਦੇ, ਹਰ ਕੋਈ ਬੱਚਿਆਂ ਨੂੰ ਪਿਆਰ ਹੀ ਬੜਾ ਕਰਦਾ। ਅਸੀਂ ਕਹਿਣ ਵਾਲੇ ਵੀ ਉਹਨਾਂ ਦੀ ਸ਼ਰਧਾ ਭਾਈ ਕੰਜਕਾਂ ਆਉਣੀਆਂ ਨੇ, ਫੁੱਲਾਂ ਦੀ ਵਰਖਾ ਕਰਕੇ ਲੈ ਕੇ ਜਾਂਦੀ ਜੀ ਲਈ ਵੀ ਕੰਜਕ ਆ ਜੀ ਲਈ ਵੀ ਇਹਨੂੰ ਤਿਆਰ ਕਰ ਦਿਉ ਜੀ, ਅਸੀਂ ਕੰਜਕਾਂ ਬਿਠਾਉਣੀਆਂ ਨੇ ਜੀ। ਅਸੀਂ ਕੋਈ ਗੱਲ ਨਹੀਂ ਵੀ ਤੁਹਾਡੀ ਸ਼ਰਧਾ ਤੁਸੀਂ ਲੈ ਜਾਓ ਜੀ, ਪਰ ਉਸੇ ਕੰਜਕ ਨੂੰ ਮਾਰਦੀ ਪਈ ਹੈ ਜੀ। ਜਿਹੜੇ ਬੱਚੇ ਪੇਰੈਂਟਸ ਕੋਲ ਸੇਫ ਆ ਉਹ ਕਿਸੇ ਕੋਲ ਸੇਫ ਨਹੀਂ ਹੈਗੇ, ਜਸਟ ਪੇਰੈਂਟਸ ਦੇ ਹੱਥ ਵਿੱਚ ਬੱਚਾ ਤਾਂ ਸੇਫ ਆ। ਅਤੇ ਕਿਸੇ 'ਤੇ ਵਿਸ਼ਵਾਸ ਨਾ ਕਰੋ, ਚਾਹੇ ਉਹ ਕੋਈ ਵੀ ਰਿਸ਼ਤਾ ਕਿਉਂ ਨਾ ਹੋਵੇ, ਆਪਣੇ ਬੱਚੇ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖੋ। ਮੂੰਹ ਦੇ ਵਿੱਚ ਰੇਤਾ ਪਾ ਕੇ ਉਂਗਲਾਂ ਨਾਲ ਉਹਨੂੰ ਅੰਦਰ ਕਰਕੇ ਜੀ, ਬਹੁਤ ਜਾਣੀ ਕਿ ਬੇਰਹਿਮੀ ਨਾਲ ਉਹਦੀ ਮੌਤ ਹੋਈ ਕੀਤੀ ਹੈ ਜੀ ਉਹਨੇ ਜੀ। ਜਦੋਂ ਕਦੇ ਦਿਲੋਏ ਨੇ ਮੈਂ ਗੋਦੀ ਵੀ ਚੱਕਿਆ ਹੋਣਾ ਨੀਲਮ ਨੇ ਆਉਣਾ, ਉਹਦੇ ਪਹਿਲਾਂ ਦੋਨੇ ਪੈਰੇ ਹੱਥ ਹੋਣੇ, ਇਹ ਮੇਰੀ ਚਿੰਤਪੁਰਨੀ ਮਾਤਾ ਵਾ। ਉਹਨੂੰ ਚਿੰਤਪੁਰਨੀ ਮਾਤਾ ਕਹਿੰਦੀ ਸੀ, ਛੋਟੀ ਮਾਤਾ ਮੇਰੀ ਚਿੰਤਪੁਰਨੀ ਮਾਤਾ। ਜਦੋਂ ਮਾਤਾ ਦਾ ਹੀ ਕਤਲ ਕਰਤਾ ਤਾਂ ਪਿੱਛੇ ਰਹਿ ਵੀ ਕੁਛ ਨਹੀਂ ਗਿਆ ਨਾ। 2021 ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਸੀ। ਦਿਲਰੋਜ ਜਿਸ ਦੀ ਉਮਰ ਮਹਿਜ 2.5 ਸਾਲ ਦੀ ਸੀ, ਉਸਦੀ ਗੁਆਂਢਣ ਦੇ ਵੱਲੋਂ ਉਸ ਬੱਚੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ। ਮੂੰਹ ਦੇ ਵਿੱਚ ਰੇਤਾ ਪਾਈ ਗਈ ਸੀ। ਸੋ ਗੱਲ ਕਰੀਏ, ਕਾਫੀ ਕੈਂਡਲ ਮਾਰਚ ਵੀ ਪੂਰੇ ਭਾਰਤ ਦੇ ਵਿੱਚ ਬੱਚੀ ਨੂੰ ਇਨਸਾਫ ਦਵਾਉਣ ਦੇ ਲਈ ਕੱਢੇ ਗਏ ਸੀਗੇ। ਕਹਿੰਦੇ ਉਹ ਬੱਚੀ ਨੂੰ ਬੜੀ ਬੇਰਹਿਮੀ ਦੇ ਨਾਲ ਮਾਰਿਆ ਸੀਗਾ, ਖਬਰਾਂ ਵੀ ਨਸ਼ਰ ਹੋਈਆਂ ਸੀਗੀਆਂ। ਅਤੇ ਉਹ ਕਹਿੰਦੇ ਮਾਂ ਇੱਕ ਔਰਤ ਹੈ, ਔਰਤ ਨੂੰ ਸਮਝ ਸਕਦੀ ਹੈ, ਪਰ ਉਹ ਜਿਹੜੀ ਨੀਲਮ ਲਾਲ ਦੀ ਔਰਤ ਸੀ ਉਹਦੇ ਮਨ ਦੇ ਵਿੱਚ ਇਹੋ ਜਿਹੀ ਕੀ ਗੱਲਬਾਤ ਆ ਗਈ ਹੈ, ਕਿਹੋ ਜਿਹੀ ਗੱਲ ਢਾ ਉਹਨੂੰ ਲੱਗ ਗਈ ਕਿ ਇਸ ਬੱਚੀ ਦੇ ਨਾਲ ਬੜੀ ਬੇਦਰਦੀ ਨਾਲ, ਜਾਂ ਬੰਦਾ ਕਹਿੰਦਾ ਹਾਂ ਵੀ ਜੋ ਮਤਲਬ ਤੁਹਾਡੇ ਨਾਲ ਗੱਲ ਕਰਦੇ ਜਾਂ ਦੀਦੀ ਹੋਣਾਂ ਨਾਲ ਗੱਲ ਕਰਦੇ ਜਾਂ ਕੋਈ ਦਿੱਕਤ ਸੀ ਤਾਂ, ਅਤੇ ਇਹ ਕਿਤੇ ਨਾ ਕਿਤੇ ਬੜੀ ਸ਼ਰਮਾਤ ਹਰਕਤ ਜਿਹੜੀ ਹਰਕਤ ਉਹਨਾਂ ਨੂੰ ਕੀਤੀ ਗਈ ਹੈ। ਇੱਦਾਂ ਦੀ ਵੀ ਕੋਈ ਗੱਲ ਹੀ ਨਹੀਂ ਸੀ ਉਹ ਜਿਹੜੀ ਸਾਡੇ ਨਾਲ ਕਰਦੀ ਹੈ ਨਾ, ਪਤਾ ਨਹੀਂ ਉਹਨੂੰ ਜੈਲਸ, ਉਹਨੇ ਇਹ ਸਟੇਟਮੈਂਟ ਦਿੱਤੀ ਹੈ ਵੀ ਮੈਨੂੰ ਇਹਨਾਂ ਨਾਲ ਜੈਲਸ ਸੀ, ਪਰ ਅਸੀਂ ਉਹਦੀ ਮਾਨਸਿਕਤਾ ਨੂੰ ਸਮਝ ਨਹੀਂ ਸਕੇ ਸੀ, ਉਹਦੇ ਅੰਦਰ ਕੀ ਚੱਲਦਾ ਸਾਨੂੰ ਨਹੀਂ ਪਤਾ ਲੱਗਾ ਨਾ। ਉਹਨੇ ਇਹ ਸਟੇਟਮੈਂਟ ਦਿੱਤੀ ਹੈ ਵੀ ਇਹ ਬੱਚਿਆਂ ਨੂੰ ਸਮਾਨ ਜ਼ਿਆਦਾ ਲੈ ਕੇ ਦਿੰਦੇ ਸੀ, ਉਹਦੇ ਨਾਲ ਮੈਨੂੰ ਜੈਲਸ ਸੀ। ਇੱਕ ਕੰਧ ਦਾ ਫਰਕ ਆ ਜੀ, ਕੋਈ ਬੰਦਾ ਸੋਚ ਵੀ ਨਹੀਂ ਸਕਦਾ ਜੀ ਲਈ ਵੀ ਇੱਦਾਂ ਕੋਈ ਕਰ ਦੂਗਾ ਜੀ। 30 ਸਾਲ ਦੇ ਸਾਡੇ ਗੁਆਂਢੀ ਸੀਗੇ ਜੀ। ਸੋ ਇਹ ਦਿਲਰੋਜ ਦੇ ਫਾਦਰ ਨੇ, ਜਿਨ੍ਹਾਂ ਦਾ ਕਹਿਣਾ ਕਿ ਇਸੇ ਘਰ ਦੇ ਵਿੱਚ ਨੀਲਮ ਜਿਸ ਦੇ ਵੱਲੋਂ ਦਿਲਰੋਜ ਨੂੰ ਮਾਰ ਦਿੱਤਾ ਗਿਆ ਸੀ ਬੜੀ ਬੇਰਹਿਮੀ ਦੇ ਨਾਲ। ਜੇ ਗੱਲ ਕਰੀਏ ਕੰਧ ਲੱਗਦੀ ਹੈ, ਅਤੇ ਕਹਿੰਦੇ ਜਿਹੜੇ ਗੁਆਂਢੀ ਹੁੰਦੇ ਆਪਸ ਵਿੱਚ ਪਿਆਰ ਬੜਾ ਹੁੰਦਾ, ਅਤੇ ਬੱਚਿਆਂ ਦੇ ਨਾਲ ਤਾਂ ਬੱਚੇ ਦਾ ਰੱਬ ਰੂਪ ਹੁੰਦੇ, ਹਰ ਕੋਈ ਬੱਚਿਆਂ ਨੂੰ ਪਿਆਰ ਹੀ ਬੜਾ ਕਰਦਾ, ਫਿਰ ਵੀ ਮਨ ਦੇ ਵਿੱਚ ਖਾਸ ਤੌਰ 'ਤੇ ਬੱਚਿਆਂ ਦੇ ਲਈ ਕਾਫੀ ਸ਼ਰਮਨਾਕ ਹੈ। ਬਿਲਕੁਲ ਜੀ। ਅਗਲਾ ਕਹਿੰਦਾ ਲਈ ਵੀ ਗੁਆਂਢੀ ਕੰਮ ਆਉਂਦੇ ਆ ਜੀ, ਜਦੋਂ ਕੋਈ ਗੱਲਬਾਤ ਹੋ ਜਾਏ ਜੀ ਜਿਹੜੇ ਰਿਸ਼ਤੇਦਾਰ ਨੇ ਬਾਅਦ 'ਚੋਂ ਚੱਲ ਕੇ ਆਉਣਾ ਜੀ, ਪਹਿਲਾਂ ਗੁਆਂਢੀ ਹੈ ਜੀ, ਪਰ ਇਹ ਨਹੀਂ ਪਤਾ ਜੀ ਇਹ ਗੁਆਂਢੀ ਇਹੋ ਜਿਹੇ ਇਹਨਾਂ ਦੇ ਦਿਲ ਦੇ ਵਿੱਚ ਕੀ ਚੱਲ ਰਿਹਾ ਜੀ। ਤੁਸੀਂ ਦੇਖੋ ਜੀ, ਕੰਜਕਾਂ ਦੇ ਵਿੱਚ ਜਦੋਂ ਕੰਜਕਾਂ ਆਉਣੀਆਂ ਲਈ ਵੀ ਉਹ ਮਹਾਮਾਈ ਨੂੰ ਮੰਨਦੇ ਸੀਗੇ ਜੀ। ਅਸੀਂ ਕਹਿਣ ਵਾਲੇ ਵੀ ਉਹਨਾਂ ਦੀ ਸ਼ਰਧਾ ਭਾਈ ਕੰਜਕਾਂ ਆਉਣੀਆਂ ਨੇ, ਫੁੱਲਾਂ ਦੀ ਵਰਖਾ ਕਰਕੇ ਲੈ ਕੇ ਜਾਂਦੀ ਸੀ ਲਈ ਵੀ ਕੰਜਕ ਆ ਜੀ ਲਈ ਵੀ ਇਹਨੂੰ ਤਿਆਰ ਕਰ ਦਿਉ ਜੀ, ਅਸੀਂ ਕੰਜਕਾਂ ਬਿਠਾਉਣੀਆਂ ਨੇ ਜੀ। ਅਸੀਂ ਕੋਈ ਗੱਲ ਨਹੀਂ ਵੀ ਤੁਹਾਡੀ ਸ਼ਰਧਾ ਤੁਸੀਂ ਲੈ ਜਾਓ ਜੀ, ਪਰ ਉਸੇ ਕੰਜਕ ਨੂੰ ਮਾਰਦੀ ਪਈ ਹੈ ਜੀ। ਉਹੀ ਗਲੀ ਇਹ ਉਹੀ ਵਿਹੜਾ ਹੈ ਅਤੇ ਉਹੀ ਮਹੱਲਾ ਹੈ, ਅਤੇ ਕੰਜਕਾਂ ਵੀ ਆ ਗਈਆਂ, ਕਿਤੇ ਨਾ ਕਿਤੇ ਬੱਚੀ ਜਾਂਦੀ ਹੋਣੀ ਆਪਣੇ ਛੋਟੇ ਛੋਟੇ ਸਾਥੀਆਂ ਦੇ ਨਾਲ, ਬੱਚੀਆਂ ਦੇ ਨਾਲ, ਬੱਚਿਆਂ ਦੇ ਨਾਲ। ਪਹਿਲਾਂ ਤਾਂ ਇਹਨਾਂ ਦੇ ਘਰ ਜਾਂਦੀ ਹੁੰਦੀ ਸੀ। ਅੱਛਾ। ਪਹਿਲਾਂ ਤਾਂ ਇਹਨਾਂ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਘਰ ਜਾਂਦੀ ਸੀ, ਇਹੀ ਅੰਤਰੋਂ ਫੁੱਲਾਂ ਦੀ ਵਰਖਾ ਕਰਦੇ ਲੈ ਕੇ ਜਾਂਦੇ ਸੀ। ਜਦੋਂ ਕਦੇ ਦਿਲੋਏ ਨੇ ਮੈਂ ਗੋਦੀ ਵੀ ਚੱਕਿਆ ਹੋਣਾ ਨੀਲਮ ਨੇ ਆਉਣਾ, ਉਹਦੇ ਪਹਿਲਾਂ ਦੋਨੇ ਪੈਰੇ ਹੱਥ ਲਾਉਣੇ, ਇਹ ਮੇਰੀ ਚਿੰਤਪੁਰਨੀ ਮਾਤਾ ਵਾ।
ਉਹਨੂੰ ਚਿੰਤਪੁਰਨੀ ਮਾਤਾ ਕਹਿੰਦੀ ਸੀ, ਛੋਟੀ ਮਾਤਾ ਮੇਰੀ ਚਿੰਤਪੁਰਨੀ ਮਾਤਾ। ਜਦੋਂ ਮਾਤਾ ਦਾ ਹੀ ਕਤਲ ਕਰਤਾ ਤਾਂ ਪਿੱਛੇ ਰਹਿ ਵੀ ਕੁਛ ਨਹੀਂ ਗਿਆ ਨਾ। ਬੱਚੇ ਦਾ ਵੈਸੇ ਵੀ ਰੱਬ ਦਾ ਰੂਪ ਹੁੰਦਾ। ਬਿਲਕੁਲ ਜੀ ਬਿਲਕੁਲ, ਉਹਦਾ ਨਿੱਕੀ ਜਿਹੀ ਬੱਚੀ, ਉਹਨੂੰ ਤਾਂ ਪਤਾ ਹੀ ਨਹੀਂ ਉਹਦਾ ਭੂਆ ਭੂਆ ਕਰਦੀ ਨਾਲ ਚਲੀ ਗਈ ਜੀ। ਫਿਰ ਮੂੰਹ ਦੇ ਵਿੱਚ ਰੇਤਾਂ ਭਰ ਕੇ, ਉਹ ਤੋਂ ਬਾਅਦ ਚੁੰਗਲਾਂ ਮਾਰੀਆਂ, ਪੋਸਟ ਮਾਰਨ ਦੇ ਵਿੱਚ ਛਾਤੀ ਤੱਕ ਰੇਤਾ, ਅੱਖਾਂ ਦੇ ਵਿੱਚ ਰੇਤਾ, ਕੰਨ 'ਚ ਰੇਤਾ, ਮੂੰਹ ਦੇ ਵਿੱਚ ਸਾਰੇ ਰੇਤਾ, ਦਿਮਾਗ ਦੀਆਂ ਤਿੰਨ ਨਾਲਾਂ ਫਟੀਆਂ ਹੋਈਆਂ। ਪਤਾ ਭੁੱਲੇ ਹੀ ਨਹੀਂ ਗਏ ਜੀ ਉਹਨੂੰ, ਉਹਨੂੰ ਹਰ ਮੂਵਮੈਂਟ 'ਤੇ ਉਹਨੂੰ ਆਪਾਂ ਯਾਦ ਕਰਦੇ ਹਾਂ ਜੀ।